ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਆਮ ਆਦਮੀ ਪਾਰਟੀ ਦਾ ਝਾੜੂ ਦਾ ਤੀਲਾ ਤੀਲਾ ਹੋਇਆ ਪਿਆ ਹੈ ਪੰਜਾਬ 'ਚ, ਪਰ ਬਹੁਤ ਸਾਰੇ ਵਿਧਾਇਕ ਅਜਿਹੇ ਨੇ ਜਿਹੜੇ ਸਾਫ਼ ਤੌਰ 'ਤੇ ਸਾਹਮਣੇ ਆ ਕੇ ਦੱਸ ਰਹੇ ਨੇ ਕਿ ਤਾਨਾਸ਼ਾਹੀ ਰਵੱਈਆ ਕੇਜਰੀਵਾਲ ਦਾ ਉਹਨਾਂ ਨੂੰ ਬਰਦਾਸ਼ਤ ਨਹੀਂ। ਜਿਸ ਤਰੀਕੇ ਨਾਲ ਪਾਰਟੀ ਦੇ ਅਹੁਦੇਦਾਰਾਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਅਤੇ ਪਾਰਟੀ ਦੇ ਵਿੱਚੋਂ ਕਿਸੇ ਨੂੰ ਪੁੱਛਿਆ ਤੱਕ ਨਹੀਂ ਜਾਂਦਾ, ਜਿਸ ਕਰਕੇ ਉਹਨਾਂ ਦੇ ਦਿਲ ਨੂੰ ਵੀ ਬਹੁਤ ਠੇਸ ਪਹੁੰਚਦੀ ਹੈ। ਸਰੂਪ ਸਿੰਘ ਕੰਡਿਆਲਾ ਵਿਧਾਨ ਸਭਾ ਹਲਕਾ ਫਿਲੌਰ ਤੋਂ ਵਿਧਾਇਕ ਨੇ, ਜਿਨ੍ਹਾਂ ਨੇ ਸਾਹਮਣੇ ਆ ਕੇ ਸਾਫ਼ ਤੌਰ 'ਤੇ ਦੱਸਿਆ ਕਿ ਆਖਿਰ ਪਾਰਟੀ ਦੇ ਵਿੱਚ ਪਾੜ ਪੈਣ ਦੇ ਕਾਰਨ ਕੀ ਨੇ। ਸਤਿਕਾਰਯੋਗ ਸਾਥੀਓ, ਮੈਂ ਤੁਹਾਡਾ ਆਪਣਾ ਸਰੂਪ ਸਿੰਘ ਕੜਿਆਣਾ ਵਿਧਾਨ ਸਭਾ ਹਲਕਾ ਫਿਲੌਰ ਤੋਂ, ਜੋ ਆਪਣੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਉਲੱਥ ਪਲੱਥ ਹੋਇਆ ਪਿਆ, ਉਹਦੇ ਬਾਰੇ ਅੱਜ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹੋ ਰਿਹਾ। ਬੜੇ ਸਵਾਲ ਆ ਰਹੇ ਨੇ ਕਿ ਸਰੂਪ ਸਿੰਘ ਕੜਿਆਣੇ ਨੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਕਿਉਂ ਅਸਤੀਫਾ ਦੇ ਦਿੱਤਾ, ਸਰੂਪ ਸਿੰਘ ਕੜਿਆਣਾ ਆਮ ਆਦਮੀ ਪਾਰਟੀ ਤੋਂ ਹੌਲੀ ਹੌਲੀ ਦੂਰ ਕਿਉਂ ਹੋ ਰਿਹਾ। ਇਹਨਾਂ ਸਵਾਲਾਂ ਦੇ ਅੱਜ ਉੱਤਰ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਆ। ਸਭ ਤੋਂ ਪਹਿਲਾਂ ਮੈਂ ਆਪਣੇ ਵਿਧਾਨ ਸਭਾ ਫਿਲੌਰ ਹਲਕੇ ਦੇ ਸਾਰੇ ਵੋਟਰ ਸਾਹਿਬਾਨਾਂ ਦਾ, ਵਲੰਟੀਅਰ ਸਾਹਿਬਾਨਾਂ ਦਾ ਦਿਲੋਂ ਧੰਨਵਾਦ ਕਰਦਾ ਕਿ ਜੀ ਜਾਨ ਲਾ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ, ਕੰਮ ਕੀਤਾ, ਸਾਨੂੰ ਮਾਣ ਦਿੱਤਾ, 35-36 ਹਜ਼ਾਰ ਵੋਟਾਂ ਪਵਾਈਆਂ। ਉਹਨਾਂ ਨੂੰ ਸਾਰਿਆਂ ਨੂੰ ਮੈਂ ਸਲਿਊਟ ਕਰਦਾ, ਉਹਨਾਂ ਸਾਰਿਆਂ ਦਾ ਮੈਂ ਕਰਜ਼ਾਈ ਹਾਂ, ਦੇਣਦਾਰ ਹਾਂ। ਅੱਜ ਜੋ ਸਾਡੇ ਪਾਰਟੀ ਦੇ ਢਾਂਚੇ ਨੂੰ ਸਾਜਿਸ਼ ਤਹਿਤ ਖਤਮ ਕੀਤਾ ਜਾ ਰਿਹਾ, ਉਹ ਸਾਡੇ ਵਾਸਤੇ ਬੜੇ ਚਿੰਤਾ ਦਾ ਵਿਸ਼ਾ। ਜਦੋਂ ਪੰਜਾਬ ਦੇ ਵਲੰਟੀਅਰ ਥੋੜ੍ਹਾ ਜਿਹਾ ਉੱਠਦੇ ਨੇ, ਪਤਾ ਨਹੀਂ ਕਿਹੜੀ ਸਾਜਿਸ਼ ਤਹਿਤ ਫੈਸਲਾ ਲਿਆ ਜਾਂਦਾ ਕਿ ਉਸੇ ਟਾਈਮ ਉਹਨਾਂ ਦਾ ਲੱਕ ਤੋੜਵਾਂ ਬਿਆਨ ਅਖਬਾਰਾਂ ਦੇ ਵਿੱਚ ਆ ਜਾਂਦਾ, ਨਵੇਂ ਤੋਂ ਨਵਾਂ ਮੁੱਦਾ ਜਿਹਦੇ ਨਾਲ ਹਰ ਪਲ ਵਲੰਟੀਅਰ ਮਾਯੂਸ ਹੁੰਦੇ ਗਏ। ਮੈਨੂੰ ਐਸਾ ਲੱਗਿਆ ਵੀ ਜਿਵੇਂ ਵਲੰਟੀਅਰ ਦੇ ਜਾਣ ਬੁੱਝ ਕੇ ਸਿਰ 'ਚ ਥੋੜਾ ਮਾਰ ਦਿੱਤਾ ਜਾਂਦਾ। ਮੇਰੇ ਕੋਲ ਹਲਕਾ ਇੰਚਾਰਜ ਦੀ ਪੋਸਟ, ਹਲਕਾ ਇੰਚਾਰਜ ਦੀ ਪੋਸਟ ਛੋਟੀ ਨਹੀਂ ਹੈ, ਕਰੀਬ 2 ਲੱਖ ਵੋਟਰ ਨੇ ਮੇਰੇ ਹਲਕੇ ਦੇ, ਉਹਨਾਂ ਤੱਕ ਪਾਰਟੀ ਦਾ ਹਰ ਸੁੱਖ ਸੁਨੇਹਾ ਮੇਰਾ ਪਹੁੰਚਾਉਣਾ ਮੇਰੀ ਡਿਊਟੀ। ਪਰ ਬੜੇ ਦੁੱਖ ਦੀ ਗੱਲ, ਪਾਰਟੀ ਜਦੋਂ ਕੋਈ ਫੈਸਲਾ ਲੈਂਦੀ ਹੈ ਉਹਦੇ ਵਿੱਚ ਸਾਨੂੰ 117 ਬੰਦਿਆਂ ਨੂੰ ਈਮੇਲ ਦੇ ਉੱਤੇ ਵੀ ਸਲਾਹ ਲੈਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਵੀ ਸਾਡੇ ਨਾਲ ਕੋਈ ਰਾਇ ਸਲਾਹ ਤਾਂ ਹੋਵੇ। ਗੁਰਪ੍ਰੀਤ ਘੁੱਗੀ ਜੀ ਨੂੰ ਸਸਪੈਂਡ ਕਰਨਾ, ਡਾਕਟਰ ਦਲਜੀਤ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੂੰ ਪਿੱਛੇ ਕਰਨਾ, ਚਲੋ ਛੋਟੇਪੁਰ ਜੀ ਦਾ ਐਪੀਸੋਡ ਜਦੋਂ ਹੋਇਆ ਉਦੋਂ ਸਾਨੂੰ ਟਿਕਟਾਂ ਨਹੀਂ ਸੀ ਮਿਲੀਆਂ, ਉਹ ਪਹਿਲਾਂ ਦੀ ਕਹਾਣੀ ਆ। ਉਸ ਤੋਂ ਬਾਅਦ ਵਿੱਚ ਭਗਵੰਤ ਮਾਨ ਜੀ ਨੂੰ ਬੈਕਫੁੱਟ 'ਤੇ ਲੈ ਕੇ ਜਾਣਾ, ਅਮਨ ਅਰੋੜਾ ਜੀ ਨੂੰ ਬੈਕਫੁੱਟ 'ਤੇ ਲੈ ਕੇ ਜਾਣਾ, ਡਾਕਟਰ ਬਲਵੀਰ ਸਿੰਘ ਜੀ ਨੂੰ ਪੰਜਾਬ ਦਾ ਸਹਿ ਪ੍ਰਧਾਨ ਲਾਉਣਾ, ਸੁਖਪਾਲ ਸਿੰਘ ਖਹਿਰਾ ਜੀ ਨੂੰ LOP ਦੇ ਅਹੁਦੇ ਤੋਂ ਰਿਮੂਵ ਕਰਨਾ, ਇਹ ਪੰਜਾਬ ਦੇ ਵੱਡੇ ਫੈਸਲੇ ਨੇ। ਜੇ ਵੱਡੇ ਫੈਸਲੇ ਲੈਣ ਲੱਗਿਆਂ ਵੀ ਸਾਡੀ ਸਲਾਹ ਨਹੀਂ ਲਈ ਜਾਂਦੀ ਫਿਰ ਅਹੁਦੇ ਨੂੰ ਕਿਹੜਾ ਆਪਾਂ ਰਗੜ ਕੇ ਫੋੜੇ 'ਤੇ ਲਾਉਣਾ, ਅਹੁਦਾ ਕੀ ਕਰਨਾ, ਇਸ ਲਈ ਅਹੁਦਾ ਤਿਆਗ ਦਿੱਤਾ। ਫਿਰ ਦੂਸਰੀ ਗੱਲ, ਮੈਨੂੰ ਫਿਲੌਰ ਹਲਕੇ ਵਿੱਚ ਲੀਡਰਸ਼ਿਪ ਦੀ ਜਦੋਂ ਜਦੋਂ ਵੀ ਲੋੜ ਪਈ ਅਸੀਂ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਇਨਵਾਈਟ ਕੀਤਾ, ਪਰ ਵੋਟਾਂ ਤੋਂ ਬਾਅਦ ਵਿੱਚ ਕੋਈ ਵੀ ਲੀਡਰ ਸਾਡੇ ਫਿਲੌਰ ਹਲਕੇ ਦੇ ਵਿੱਚ ਵੜਿਆ ਨੇ। ਸੁਖਪਾਲ ਸਿੰਘ ਖਹਿਰਾ ਜੀ ਇੱਕ ਵਾਰੀ ਜਿਹੜਾ ਥੈਂਕ ਯੂ ਪ੍ਰੋਗਰਾਮ ਸੀ ਉਹਦੇ ਵਿੱਚ ਜ਼ਰੂਰ ਆਏ, ਬਾਕੀ ਜਿੰਨੇ ਵੀ ਲੀਡਰ ਹੈ ਉਹਨਾਂ ਨੂੰ ਕਦੋਂ ਵੀ ਬੁਲਾਇਆ ਗਿਆ ਕੋਈ ਨਹੀਂ ਆਇਆ, ਚਾਹੇ ਉਹ ਰੇਤ ਮਾਫੀਏ ਦੇ ਮੁੱਦੇ ਦੇ ਉੱਤੇ ਅਸੀਂ ਐਕਸ਼ਨ ਕਰਨਾ ਹੋਵੇ, ਚਾਹੇ ਫਿਲੌਰ ਸ਼ਹਿਰ ਦੇ ਵਿੱਚ ਡਾਇਰੀਆ ਬਿਮਾਰੀ ਫੈਲ ਗਈ, ਵੱਡੇ ਤੋਂ ਵੱਡੇ ਐਕਸੀਡੈਂਟ ਹੋਏ, ਮੈਂ ਜਿੰਨੀ ਵਾਰੀ ਵੀ ਸੱਦਿਆ ਕੋਈ ਲੀਡਰ ਸਾਡੇ ਫਿਲੌਰ ਦੇ ਵਿੱਚ ਬੜਿਆ ਨਹੀਂ। ਉਸ ਤੋਂ ਬਾਅਦ ਵਿੱਚ ਅੱਜ ਭਗਵੰਤ ਮਾਨ ਦੇ ਜਿਹੜਾ ਇੱਕ ਆਡੀਓ ਵਾਇਰਲ ਹੁੰਦੀ ਆ ਕਿ ਉਹ ਫੂਲਕਾ ਸਾਹਿਬ ਦੇ ਪੁਤਲੇ ਸਾੜਨ ਵਾਸਤੇ
ਪ੍ਰੇਰਨਾ ਦੇ ਰਹੇ ਨੇ ਕਿਸੇ ਨੂੰ। ਮੈਨੂੰ ਲੱਗਦਾ ਕਿ ਇਹ ਇੱਕ ਬੜੀ ਸਾਜਿਸ਼ ਤਹਿਤ ਉਹਨਾਂ ਦੇ ਆਲੇ ਦੁਆਲੇ ਇੱਦਾਂ ਦਾ ਜਾਲ ਬੁਣਿਆ ਗਿਆ ਜਿਹੜੇ ਕੰਮ ਉਹਨਾਂ ਕੋਲੋਂ ਕਰਵਾਉਂਦੇ ਨੇ। ਭਗਵੰਤ ਮਾਨ ਬੜਾ ਸਮਝਦਾਰ ਹੈ, ਐਸੀ ਗੱਲ ਨਹੀਂ ਹੈ ਕਿ ਉਹ ਸੋਚਦਾ ਨਹੀਂ ਪੰਜਾਬ ਵਾਸਤੇ, ਪਰ ਉਹ ਸਾਜਿਸ਼ ਘਾੜੇ ਜਿਹੜੇ ਲੋਕ ਨੇ ਉਹਨਾਂ ਵਿੱਚੋਂ ਇੱਕ ਆਡੀਓ ਲੀਕ ਵੀ ਹੋਈ ਸੀ ਕਿ ਭਗਵੰਤ ਮਾਨ ਦਾ ਅਸਤੀਫਾ ਅਸੀਂ ਦਵਾਇਆ। ਉਹ ਗੈਰੀ ਬਡਿੰਗ ਜੀ ਦੀ ਆਡੀਓ ਜਿਹੜੀ ਸੀ ਉਹ ਬਹੁਤ ਵੱਡੇ ਇੰਡੀਕੇਸ਼ਨ ਸੀ ਵੀ ਆਮ ਆਦਮੀ ਪਾਰਟੀ ਇਸ ਟਾਈਮ ਕਿਹੜੇ ਰਸਤੇ 'ਤੇ ਚੱਲ ਰਹੀ ਆ ਅਤੇ ਕੌਣ ਲੋਕ ਨੇ ਮਗਰ ਜੋ ਇੱਦਾਂ ਦੇ ਗਲਤ ਫੈਸਲੇ ਕਰਵਾ ਰਹੇ ਨੇ। ਹੁਣ ਹੁਸ਼ਿਆਰਪੁਰ ਮੀਟਿੰਗ ਹੋਈ, ਉਹਦੇ ਵਿੱਚ 150 ਦੇ ਲਗਭਗ ਵਲੰਟੀਅਰ ਸੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਦੁਆਬੇ ਦੇ ਪ੍ਰਧਾਨ ਡਾਕਟਰ ਰਵਜੋਤ ਜੀ ਨੂੰ ਵਾਰ ਵਾਰ ਇਹ ਸਵਾਲ ਪੁੱਛਿਆ ਗਿਆ ਕਿ ਖਹਿਰਾ ਸਾਹਿਬ ਨੂੰ ਕਿਉਂ ਐਲ ਓ ਪੀ ਦੇ ਅਹੁਦੇ ਤੋਂ ਪਰੇ ਕੀਤਾ। ਉਹਨਾਂ ਨੇ ਉੱਤਰ ਬੜਾ ਅਜੀਬ ਦਿੱਤਾ ਜੋ ਸਾਡੇ ਦਿਲ ਨੂੰ ਦੁੱਖ ਲੱਗਿਆ। ਉਹ ਕੀ ਬੋਲੇ, ਕਹਿੰਦੇ ਵੀ ਆਪ ਦਾ ਅਤੇ ਕਾਂਗਰਸ ਦਾ ਆਪਸ ਵਿੱਚ ਸਮਝੌਤਾ ਹੋਣ ਜਾ ਰਿਹਾ, ਉਸ ਸਮਝੌਤੇ ਦੇ ਰਾਹ ਦਾ ਰੋੜਾ ਸੀ ਸੁਖਪਾਲ ਖਹਿਰਾ ਅਤੇ ਹੁਣ ਬੜਾ ਗੁੱਡ ਸਾਈਨ ਆਇਆ ਕਿ ਖਹਿਰਾ ਜੀ ਰਿਮੂਵ ਹੋ ਗਏ ਅਤੇ ਹੁਣ ਜਿਹੜਾ ਗਠਬੰਧਨ ਹੈ ਉਹ ਸਾਡਾ ਮਜ਼ਬੂਤ ਹੋ ਗਿਆ ਅਤੇ ਲੋਕ ਸਭਾ ਇਲੈਕਸ਼ਨ ਵਿੱਚ ਸਾਰਥਕ ਨਤੀਜੇ ਆਉਣਗੇ। ਇਸ ਗੱਲ ਦੀ ਵੀਡੀਓ ਉਹਨਾਂ ਦੀ, ਉਹ ਇਹ ਗੱਲ ਬੋਲਦੇ ਆ ਅਤੇ ਮੇਰੇ ਮਨ ਨੂੰ ਅੱਗ ਲੱਗੀ ਵੀ ਅਸੀਂ ਤਾਂ ਪੰਜੇ ਵਾਸਤੇ ਵੋਟਾਂ ਨਹੀਂ ਮੰਗ ਸਕਦੇ, ਕਾਂਗਰਸ ਨਾਲ ਤੁਹਾਡਾ ਅਲਾਇੰਸ ਹੋਣ ਜਾ ਰਿਹਾ। ਯਾਰ 117 ਬੰਦੇ ਹਾਂ ਅਸੀਂ, ਸਾਡੀ ਮੀਟਿੰਗ ਨਹੀਂ ਸੱਦਣੀ, ਸਾਨੂੰ ਈਮੇਲ 'ਤੇ ਪੁੱਛ ਲਓ, ਸਾਡੇ ਕੋਲੋਂ ਕੋਈ ਰਾਇ ਸਲਾਹ ਨਹੀਂ ਲੈਣੀ ਤਾਂ ਫਿਰ ਅਹੁਦੇ 'ਤੇ ਰਹਿਣ ਦਾ ਕੀ ਫਾਇਦਾ। ਸਾਨੂੰ ਜੇ ਪੁੱਛਣਾ ਹੀ ਨਹੀਂ, ਜੇ ਪੁੱਛਣਾ ਨਹੀਂ ਘੱਟੋ ਘੱਟ ਦੱਸ ਹੀ ਦਿਓ ਕਿ ਅਸੀਂ ਆਹ ਕੰਮ ਕਰਨ ਲੱਗੇ ਹਾਂ। ਕਾਂਗਰਸ ਦੇ ਨਾਲ ਸਮਝੌਤਾ ਹੋ ਗਿਆ ਜਿਹਦੇ ਬਾਰੇ ਸੰਜੇ ਸਿੰਘ ਜੀ ਦੀ ਟਵੀਟ ਵੀ ਆ ਗਈ, ਮੇਰੇ ਕੋਲ ਸਕਰੀਨਸ਼ੋਟ ਹੈ, ਜਿਹਦੇ ਬਾਰੇ ਸੁਨੀਲ ਜਾਖੜ ਦਾ ਬਿਆਨ ਵੀ ਆ ਗਿਆ ਉਹਦਾ ਵੀ ਸਕਰੀਨਸ਼ੋਟ ਹੈ, ਜੇ ਕੋ ਤੁਹਾਨੂੰ ਚਾਹੀਦਾ ਮੈਂ ਭੇਜ ਸਕਦਾ। ਫਿਰ ਜੋ ਤਾਣਾ ਬਣਾ ਬੁਣਿਆ ਉਹਦੇ ਵਿੱਚੋਂ ਕਈ ਕੁਛ ਐਸਾ ਨਿਕਲਦਾ ਜਿੱਥੋਂ ਦੋਸ਼ੀ ਸਾਹਮਣੇ ਘੁੰਮਦੇ ਹੋਣ ਪਰ ਕਾਰਵਾਈ ਕੋਈ ਨਹੀਂ। ਮੈਂ ਅਰਵਿੰਦ ਜੀ ਨੂੰ ਜਦੋਂ ਮਿਲਿਆ, ਅਰਵਿੰਦ ਜੀ ਨੇ ਉਹਨਾਂ ਨੇ ਸਾਨੂੰ ਪੁੱਛਿਆ ਵੀ ਕਿਵੇਂ ਆਏ, ਤਾਂ ਮੈਂ ਉਹਨਾਂ ਨੂੰ ਦੱਸਿਆ ਵੀ ਡਾਕਟਰ ਬਲਵੀਰ ਸਿੰਘ ਅਤੇ ਸੁਖਪਾਲ ਖਹਿਰਾ ਇਹਨਾਂ ਦੀਆਂ ਦੂਰੀਆਂ ਜਿਹੜੀਆਂ ਬਣ ਗਈਆਂ ਇਹਨਾਂ ਨੂੰ ਤੁਸੀਂ ਮਿਟਾ ਸਕਦੇ ਹੋ। ਉਹਨਾਂ ਨੇ ਮੈਨੂੰ ਕਿਹਾ ਕਿ ਖਹਿਰਾ ਤੋਂ ਬੋਲਤਾ ਬਹੁਤ ਹੈ। ਮੈਂ ਕਿਹਾ ਸਰ ਜੋ ਬੋਲਤਾ ਹੈ ਵੋ ਲੋਕ ਸੁਣਨਾ ਚਾਹਤੇ ਹੈ, ਲੇਕਿਨ ਜੋ ਲੋਕ ਔਰ ਗਲਤ ਬੋਲ ਰਹੇ ਉਨਕੇ ਖਿਲਾਫ਼ ਕਿਉਂ ਨਹੀਂ ਐਕਸ਼ਨ ਹੋਤਾ, ਉਹ ਕੌਣ ਹੈ ਜਿਹੜੇ ਗਲਤ ਬੋਲਦੇ ਨੇ। ਸ਼ਾਹਕੋਟ ਇਲੈਕਸ਼ਨ ਵਿੱਚ ਡਾਕਟਰ ਬਲਵੀਰ ਸਿੰਘ ਜੀ ਨੂੰ ਕੋਈ 40-50 ਵਲੰਟੀਅਰ ਦੇ ਵਿੱਚ ਇਹ ਗੱਲ ਹੋਈ, ਇਹ ਕਿਹਾ ਗਿਆ ਕਿ ਸ਼ਾਹਕੋਟ ਦੇ ਵਿੱਚ ਜ਼ਿਮਨੀ ਚੋਣ ਵਾਸਤੇ ਕੋਈ ਸਟਾਰ ਪ੍ਰਚਾਰਕ ਮੰਗਵਾਓ, ਸਟਾਰ ਪ੍ਰਚਾਰਕ ਭਗਵੰਤ ਮਾਨ ਜੀ ਨੂੰ ਸੱਦੋ, ਅਮਨ ਅਰੋੜਾ ਜੀ ਨੂੰ ਸੱਦੋ, ਆਪਣੇ ਸੁਖਪਾਲ ਖਹਿਰਾ ਜੀ ਨੂੰ ਸੱਦੋ। ਤਾਂ ਡਾਕਟਰ ਬਲਵੀਰ ਜੀ ਦੀ ਸਟੇਟਮੈਂਟ ਹੈ, ਉਹ ਕਹਿੰਦੇ ਯਾਰ ਭਗਵੰਤ ਮਾਨ ਤਾਂ ਸ਼ਰਾਬੀ ਕਬਾਬੀ ਹੈ, ਅਮਨ ਅਰੋੜਾ ਤਾਂ ਕਾਂਗਰਸ ਦਾ ਬੰਦਾ, ਉਹਨੇ ਉਲਟ ਕਾਂਗਰਸ ਵਿੱਚ ਹੀ ਚਲੇ ਜਾਣਾ, ਅਤੇ ਸੁਖਪਾਲ ਖਹਿਰਾ ਤਾਂ ਖੇ ਪਾਰਟੀ ਦੁਫਾੜ ਕਰ ਰਿਹਾ। ਉਹ ਗਲਤ ਜਿਹੜੇ ਕਮੈਂਟ ਸੀ ਉੱਥੇ ਕਿਉਂ ਨਹੀਂ ਕਾਰਵਾਈ ਹੋਈ? ਗੈਰੀ ਬਡਿੰਗ ਨੇ MLA ਵਾਸਤੇ ਕਿੱਡੀ ਭੱਦੀ ਸ਼ਬਦਾਵਲੀ ਉਸ ਆਡੀਓ ਦੇ ਵਿੱਚ ਵਾਇਰਲ ਹੋਈ ਆ, ਉਸ MLA ਦੇ ਵਿੱਚ ਸਾਡੀਆਂ ਭੈਣਾਂ ਵੀ ਨੇ, ਉਹਨੇ ਮਾਫ਼ੀ ਮੰਗਦਾ ਉਹਨੇ ਚੂਤੀਆ ਸ਼ਬਦ ਕਿਹਾ। ਉਹ ਜਿਹੜੇ ਗਲਤ ਬੋਲਦੇ ਨੇ ਉਹਨਾਂ ਉੱਤੇ ਕਿਉਂ ਨਹੀਂ ਐਕਸ਼ਨ ਹੁੰਦਾ? ਜੇ ਪੰਜਾਬ ਦੇ ਲੋਕ ਗੱਲ ਸੁਣਨਾ ਚਾਹੁੰਦੇ ਆ, ਕੋਈ ਲੀਡਰ ਕਰਦਾ ਉਹਦੇ ਉੱਤੇ ਐਕਸ਼ਨ ਹੋ ਰਿਹਾ। ਫਿਰ ਗੱਲ ਆਉਂਦੀ ਆ, ਅਰਵਿੰਦ ਕੇਜਰੀਵਾਲ ਜੀ ਨੇ ਮਜੀਠੀਏ ਦੇ ਕੋਲੋਂ ਮੁਆਫ਼ੀ ਮੰਗੀ, ਅਸੀਂ ਹੈਰਾਨ ਰਹਿ ਗਏ, ਸਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਵਿਆਹ ਕੀ ਬਣ ਗਿਆ? ਅਸੀਂ 117 ਜਣੇ ਜਿਹੜੇ ਆ ਮੰਨ ਲੈਂਦੇ ਹਾਂ ਕਿ ਕਈ ਬੰਦਿਆਂ ਨੂੰ ਇਹ ਦਬਕਾ ਇਸ ਢੰਗ ਨਾਲ ਮਾਰਦੇ ਨੇ, ਕੋਈ ਚੁੱਪ ਕਰ ਜਾਂਦੇ ਨੇ, ਗੱਲਾਂ ਬੜੀਆਂ ਸੁਣਦੇ ਹਾਂ, ਤੁਸੀਂ ਸਾਰੇ ਸੁਣਦੇ ਹੋ, ਅਖੇ ਜੀ ਟਿਕਟਾਂ ਵਿਕ ਗਈਆਂ, ਅਸੀਂ ਤਾਂ ਨਾ ਖਰੀਦੀ ਆ, ਨਾ ਸਾਨੂੰ ਕਿਸੇ ਨੇ ਪੈਸਾ ਦਿੱਤਾ, ਆਪਣੇ ਬਲਬੂਤੇ 'ਤੇ ਪਾਰਟੀ 'ਚ ਆਏ ਹਾਂ।
ਪਾਰਟੀ ਨੇ ਮੰਨ ਦਿੱਤਾ, ਪੰਜਾਬ ਦਾ ਦਰਦ ਲੈ ਕੇ ਆਏ ਸੀ। ਪੰਜਾਬ ਦਾ ਦਰਦ ਅਰਵਿੰਦ ਕੇਜਰੀਵਾਲ ਜੀ ਦੇ ਸੋਚ ਵਿੱਚੋਂ ਸਾਨੂੰ ਝਲਕਿਆ ਸੀ, ਇਸ ਕਾਰਨ ਅਸੀਂ ਆਏ ਸੀ। ਅਸੀਂ ਤਾਂ ਕੋਈ ਪੈਸੇ ਨਹੀਂ ਦਿੱਤੇ, ਨਾ ਅਸੀਂ ਪੈਸੇ ਲਏ ਆ, ਫਿਰ ਸਾਡੀ ਤਾਂ ਸਲਾਹ ਲੈਣ। ਜਿਨ੍ਹਾਂ ਲੋਕਾਂ ਨਾਲ ਕੋਈ ਇਹਨਾਂ ਦੀ ਡੀਲ ਹੋਈ ਹੋਏਗੀ ਉਹਨਾਂ ਨੂੰ ਪੁੱਛਣ ਨਾ ਪੁੱਛਣ, ਸਾਨੂੰ ਉਹਦੇ ਲਈ ਕਾਹਦੇ ਲਈ ਦਿੱਤੇ ਆ। ਮੈਂ ਇੱਕ ਵਾਰ ਸੀਨੀਅਰ ਲੀਡਰਸ਼ਿਪ ਦੇ ਨਾਲ ਗੱਲ ਕਰਦਿਆਂ ਇਹ ਗੱਲ ਕਹੀ ਸੀ ਕਿ ਅਸੀਂ ਆਪਣੇ ਨਾਮ ਜਿਹੜੇ ਬਣਾਏ ਆ ਉਹ ਕੋਈ ਹਨੀ ਸਿੰਘ ਬਣ ਕੇ ਨਹੀਂ ਬਣਾਏ, ਨਾਮ ਆਪਣੇ ਬਲਬੂਤੇ 'ਤੇ ਬਣਾਇਆ। ਆਮ ਆਦਮੀ ਪਾਰਟੀ ਦੇ ਨਾਲ, ਪਾਰਟੀ ਦੇ ਨਾਲ ਜਦੋਂ ਜੁੜੇ ਆ ਨਾ, ਉਸ ਤੋਂ ਪਹਿਲਾਂ ਵੀ ਸਾਡਾ ਨਾਂ ਸੀ, ਅਸੀਂ ਮੁਆਫ਼ੀਨਾਮੇ ਦੀ ਗੱਲ ਕਰ ਰਿਹਾ ਸੀ। ਬੜਾ ਚਲੋ ਉਹਨਾਂ ਦਾ ਵਧੀਆ ਫੈਸਲਾ ਹੋ ਸਕਦਾ ਕਿ ਪਾਰਟੀ ਮਜ਼ਬੂਤ ਹੋਊਗੀ, ਮੈਂ ਵੱਧ ਟਾਈਮ ਦਊਂਗਾ, ਇੱਦਾਂ ਦੇ ਮਸਲਿਆਂ ਵਿੱਚੋਂ ਮੈਂ ਨਿਕਲਾਂ। ਪਰ ਗੱਲ ਮੇਰਾ ਇੱਕ ਸਵਾਲ ਹੈ, ਕਈ ਵਾਰ ਮੈਂ ਮੀਟਿੰਗਾਂ ਵਿੱਚ ਵੀ ਵਿਚਾਰਿਆ ਕਿ ਜੇ ਮੁਆਫ਼ੀ ਮੰਗਣੀ ਹੈ ਤਾਂ ਡਾਕਟਰ ਧਰਮਵੀਰ ਗਾਂਧੀ ਜੀ ਕੋਲੋਂ ਵੀ ਮੰਗ ਲਓ, ਜੇ ਮੁਆਫ਼ੀ ਮੰਗਣੀ ਆ ਸੁੱਚਾ ਸਿੰਘ ਛੋਟੇਪੁਰ ਜੀ ਕੋਲੋਂ ਵੀ ਮੰਗ ਲਓ, ਜਿਹੜਾ ਇਲਜ਼ਾਮ ਲਾਇਆ ਸੀ ਬਈ ਇਹ 2 ਲੱਖ ਰੁਪਈਆ ਲੈ ਕੇ ਭੱਜ ਗਿਆ, ਅਤੇ 2 ਲੱਖ ਵਾਲੀ ਵੀਡੀਓ ਤਾਂ ਜਾਂ ਆਡੀਓ ਅਜੇ ਤੱਕ ਨਹੀਂ ਅਸੀਂ ਪੇਸ਼ ਕਰ ਸਕੇ ਕੋਈ ਵੀ। ਜੇ ਮੁਆਫ਼ੀ ਮੰਗਣੀ ਆ ਤਾਂ ਜੋਗਿੰਦਰ ਯਾਦਵ ਦੇ ਕੋਲੋਂ ਮੰਗ ਲਓ, ਜੇ ਮੁਆਫ਼ੀ ਮੰਗਣੀ ਆ ਤਾਂ ਕੁਮਾਰ ਵਿਸ਼ਵਾਸ ਦੇ ਕੋਲੋਂ ਮੰਗ ਲਓ, ਜੇ ਮੁਆਫ਼ੀ ਮੰਗਣੀ ਆ ਤਾਂ ਹਰਿੰਦਰ ਸਿੰਘ ਖਾਲਸਾ ਜੀ ਕੋਲੋਂ ਮੰਗ ਲਓ, ਸਾਡਾ ਪਰਿਵਾਰ ਮਜ਼ਬੂਤ ਹੋਏਗਾ। ਇਹ ਮੈਨੂੰ ਲੱਗਦਾ ਕਿ ਵਾਰ ਵਾਰ ਨਾ ਪਤਾ ਨਹੀਂ ਕੌਣ ਸਾਜਿਸ਼ ਘਾੜਾ ਆ ਜੋ ਸਾਡੇ ਅਰਮਾਨਾਂ ਨੂੰ ਕੁਚਲੀ ਜਾ ਰਿਹਾ ਦਿਨ ਪ੍ਰਤੀ ਦਿਨ। ਮਾੜਾ ਜਿਹਾ ਸਾਡੇ ਵਲੰਟੀਅਰ ਵਿੱਚ ਜਾਨ ਆਉਂਦੀ ਆ, ਉਸੇ ਟਾਈਮ ਲੱਕ ਤੋੜਵਾਂ ਕੋਈ ਨਾ ਕੋਈ ਪੁੱਠਾ ਸਿੱਧਾ ਇੱਦਾਂ ਦਾ ਕੰਮ ਹੋ ਜਾਂਦਾ ਜਿਹਦੇ ਨਾਲ ਸਾਰਾ ਖਲਾਰਾ ਪੈ ਜਾਂਦਾ। ਹੁਣ ਇੱਕ ਨਵਾਂ ਜਿਹੜਾ ਸੱਪ ਕੱਢਿਆ ਸਾਡੀ ਲੀਡਰਸ਼ਿਪ ਨੇ ਕਿ ਅਸੀਂ ਜੀ ਪੰਜਾਬ ਦਾ LOP ਇੱਕ ਦਲਿਤ ਲਾਤਾ, SC ਵਰਗ ਦਾ ਪੱਤਾ ਜਿਹੜਾ ਖੇਡ ਰਹੇ ਆ। ਮੈਂ ਸੀਨੀਅਰ ਲੀਡਰਸ਼ਿਪ ਨੂੰ ਯਾਦ ਦਵਾਉਣਾ ਚਾਹੁੰਦਾ, ਅਸੀਂ ਰਾਜਨੀਤੀ 'ਚ ਆਉਣ ਲਈ ਤਿਆਰ ਨਹੀਂ ਸੀ। ਸਾਨੂੰ ਇੱਕ ਗੱਲ ਕਹੀ ਗਈ ਸੀ ਬਈ ਸਾਡੀ ਪਾਰਟੀ ਰਾਜਨੀਤੀ ਜਾਤੀਵਾਦ ਦੇ ਆਧਾਰ 'ਤੇ ਨਹੀਂ ਕਰੂੰਗੀ, ਜਾਤਾਂ ਪਾਤਾਂ ਤੋਂ ਰਹਿਤ ਅਸੀਂ ਸ਼ਾਸਤ ਕਰਾਂਗੇ। ਅਤੇ ਫਿਰ ਹੁਣ ਇਹ ਜਾਤਾਂ ਪਾਤਾਂ ਵਾਲਾ ਮੁੱਦਾ ਕਿਉਂ ਆ ਗਿਆ? ਜਿਹੜੇ 3 ਲੋਕ ਸਭਾ ਮੈਂਬਰ ਬਣਾਏ ਆ ਉਹਨਾਂ ਵਿੱਚੋਂ ਇੱਕ SC ਬਣਾ ਲੈਂਦੇ, ਫਿਰ ਜਦੋਂ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਆ, ਸਾਡੇ ਜਲੰਧਰ ਦੇ ਵਿੱਚ ਇੱਕ ਦਿਹਾਤੀ ਦਾ ਇੱਕ ਸ਼ਹਿਰੀ 2 ਪ੍ਰਧਾਨ ਲੱਗਣੇ ਸੀ, ਮੈਨੂੰ ਪੁੱਛਿਆ ਗਿਆ, ਮੈਂ ਰਾਏ ਦਿੱਤੀ, ਮੈਂ ਕਿਹਾ ਜੀ ਇੱਕ ਪ੍ਰਧਾਨ SC ਲਾ ਦਿਓ, ਇੱਕ ਜਰਨਲ ਲਾ ਦਿਓ, ਚਾਹੇ ਦਿਹਾਤੀ 'ਚ SC ਲਾ ਦਿਓ ਚਾਹੇ ਸ਼ਹਿਰੀ 'ਚ SC ਲਾ ਦਿਓ, ਇੱਕ SC ਜ਼ਰੂਰ ਲਾਓ ਅਤੇ ਇੱਕ ਜਰਨਲ ਹੋਣਾ ਚਾਹੀਦਾ। ਸਾਡੇ ਜਲੰਧਰ ਦੀ ਗੱਲ ਛੱਡੋ, ਪੂਰੇ ਪੰਜਾਬ ਦੇ ਵਿੱਚ ਜਿੰਨੇ ਜ਼ਿਲ੍ਹਾ ਪ੍ਰਧਾਨ ਲੱਗੇ ਉਹਨਾਂ ਵਿੱਚੋਂ ਇੱਕ ਵੀ SC ਨਹੀਂ ਲੱਗਾ, ਅਤੇ ਉਸ ਟਾਈਮ ਵੀ ਤਾਂ SC ਯਾਦ ਹੋਣੇ ਚਾਹੀਦੇ ਸੀ ਨਾ, ਜ਼ਿਲ੍ਹਾ ਪ੍ਰਧਾਨ ਲਾਉਣ ਲੱਗੇ SC ਤੁਹਾਨੂੰ ਚੇਤੇ ਨਹੀਂ ਆਏ, ਤੁਸੀਂ 3 ਜਿਹੜੇ ਲੋਕ ਸਭਾ ਦੇ ਮੈਂਬਰ ਬਣਾਏ ਉਹਦੇ ਵਿੱਚ ਵੀ ਤੁਹਾਨੂੰ ਯਾਦ ਨਹੀਂ ਆਏ, ਜਿੰਨੀਆਂ ਵੱਡੀਆਂ ਮਿਨਿਸਟਰੀਆਂ ਉਹਨਾਂ ਵਿੱਚ ਵੀ ਕੋਈ ਯਾਦ ਨਹੀਂ ਆਇਆ, ਅੱਜ SC ਪਤਾ ਕਿੱਥੋਂ ਆ ਗਿਆ? ਅਸੀਂ ਆਮ ਆਦਮੀ ਪਾਰਟੀ ਵਿੱਚ ਰਹਿਣ ਵਾਸਤੇ ਬੜਾ ਕੁਝ ਦੇਖ ਕੇ ਅੱਖਾਂ ਮੀਟੀਆਂ ਵੀ ਨਹੀਂ ਯਾਰ, ਅੱਜ ਨਹੀਂ ਕੱਲ੍ਹ ਆਹ ਜਿਹੜੇ ਸਾਜਿਸ਼ ਘਾੜੇ ਲੋਕ ਹੈ ਇਹਨਾਂ ਨੂੰ ਬਾਹਰ ਕੱਢਣਗੇ, ਇਹ ਤਾਂ ਚੰਗੇ ਚੰਗੇ ਬੰਦਿਆਂ ਨੂੰ ਧੱਕੇ ਮਾਰ ਕੇ ਕੱਢਣ ਵਾਲੀ ਗੱਲ ਹੈ। ਅੱਜ ਵੀ ਮੇਰੇ ਹਲਕੇ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਉੱਤੇ ਕਈ ਮੇਰੇ ਵਲੰਟੀਅਰ ਹੀ ਇਸ ਗੱਲ ਤੋਂ ਮੇਰੇ ਨਾਲ ਨਾਰਾਜ਼ ਆ ਕਿ ਸਰੂਪ ਸਿੰਘ ਕੜਿਆਣਾ ਜਿਹੜਾ ਉਹ ਪਾਰਟੀ ਤੋਂ ਪਰੇ ਹੋ ਰਿਹਾ। ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਦਾ ਕਿ ਭਰਾਵੋ ਜਿੱਥੋਂ ਧੱਕੇ ਮਾਰ ਕੇ ਕੱਢਣ ਦੀ ਰਵਾਇਤ ਹੋਵੇ ਨਾ, ਉੱਥੋਂ ਇੱਜ਼ਤਦਾਰ ਬੰਦੇ ਆਪਣੀ ਇੱਜ਼ਤ ਆਪਣੇ ਹੱਥ ਲੈ ਕੇ ਆਪ ਹੀ ਨਿਕਲ ਜਾਂਦੇ ਹੁੰਦੇ ਆ। ਮੈਂ 100% ਇਸ ਗੱਲ ਦੇ ਉੱਤੇ ਕਨਫਰਮ ਹੈ ਕਿ ਕਾਂਗਰਸ ਦੇ ਨਾਲ ਸਾਡੀ ਲੀਡਰਸ਼ਿਪ ਦਾ ਸੌਦਾ ਹੋ ਗਿਆ, ਸਾਡਾ ਪੰਜਾਬ ਵੇਚ ਦਿੱਤਾ, ਪੰਜਾਬ ਸਾਡਾ ਵਿਕ ਗਿਆ। ਜੇ ਪੰਜਾਬ ਨੂੰ ਵੇਚ ਕੇ ਦਿੱਲੀ ਬਚਾਉਣੀ ਆ, ਇਸ ਗੱਲ ਨੂੰ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਦੇ। ਪੰਜੇ ਵਾਸਤੇ ਅਸੀਂ ਵੋਟ ਬਿਲਕੁਲ ਨਹੀਂ ਮੰਗ ਸਕਦੇ, ਸਾਡੀ ਜ਼ਮੀਰ ਨਹੀਂ ਆਗਿਆ ਦਿੰਦੀ। ਜਿਹੜੇ ਭਰਾ ਅੱਜ ਵੀ ਕਹਿੰਦੇ ਜੀ ਸਾਨੂੰ ਪਾਰਟੀ ਕੱਢੂਗੀ ਤਾਂ ਅਸੀਂ ਨਿਕਲਾਂਗੇ,
ਯਾਰ ਹੋਰ ਕਿਵੇਂ ਕੱਢਣਾ, ਧੱਕੇ ਮਾਰ ਮਾਰ ਕੇ ਤਾਂ ਕੱਢ ਰਹੇ ਨੇ। ਚਾਹੇ ਉਹ ਪਰਮਜੀਤ ਸਿੰਘ ਸਚਦੇਵਾ ਜੀ ਦੀ ਗੱਲ ਕਰ ਲਓ, ਕੀ ਕਸੂਰ ਸੀ ਉਹਨਾਂ ਦਾ? ਜੇ ਕਿਸੇ ਨੂੰ ਤੁਸੀਂ ਹਟਾਉਣਾ ਹੀ ਹੈ, ਉਹਦੇ ਉੱਤੇ ਕੋਈ ਇਲਜ਼ਾਮ ਲਗਾਓ, ਉਹਨੂੰ ਕੋਈ ਕਾਰਨ ਦੱਸੋ, ਨੋਟਿਸ ਜਾਰੀ ਕਰੋ। ਇਹ ਡਿਕਟੇਟਰਸ਼ਿਪ ਜਿਹੜੀ ਆ, ਇਹ ਸਾਰਾ ਕੁਝ ਦੇਖ ਕੇ ਇਉਂ ਲੱਗਦਾ ਕਿ ਸਾਡੀ ਪਾਰਟੀ ਦੇ ਮਲਾਹ ਜਿਹੜੇ ਨੇ ਉਹ ਬੇੜੀ ਡੋਬ ਰਹੇ ਨੇ। ਤਾਂ ਸਿਆਣਿਆਂ ਦੀ ਕਹਾਵਤ ਹੈ, ਜਿਹੜੀ ਬੇੜੀ ਨੂੰ ਮਲਾਹ ਡੋਬੇ ਉਸ ਬੇੜੀ ਵਿੱਚੋਂ ਛਾਲ ਮਾਰ ਦੇਣੀ ਚਾਹੀਦੀ। ਸੋ ਮੈਂ ਤਾਂ ਇਸ ਨਜ਼ਰੀਏ ਨਾਲ ਅਸਤੀਫਾ ਵੀ ਦਿੱਤਾ ਕਿ ਭਾਈ ਤੁਸੀਂ ਕਾਂਗਰਸ ਨਾਲ ਜੀ ਸੜ ਕੇ ਜੱਫੀਆਂ ਪਾਓ, ਅਸੀਂ ਨਹੀਂ ਪਾ ਸਕਦੇ, ਅਸੀਂ ਪੰਜੇ ਲਈ ਵੋਟ ਨਹੀਂ ਮੰਗ ਸਕਦੇ। ਸਾਨੂੰ ਜੇ ਅਹੁਦੇ ਦਿੱਤੇ ਆ, ਅਹੁਦੇ ਨੂੰ ਮੁੱਖ ਰੱਖਦਿਆਂ ਕੋਈ ਫੈਸਲਾ ਲੈਣ ਲੱਗਿਆਂ ਸਾਡੀ ਸਲਾਹ ਤਾਂ ਲਓ। ਹੁਣ ਵਿੱਚ ਗੱਲ ਆਉਂਦੀ ਆ ਜੀ, 20 MLA ਠੀਕ ਆ, ਉਹ ਜਿੱਤ ਗਏ, 20 MLA ਨੂੰ ਥੋੜ੍ਹੀ ਤੁਸੀਂ ਪੰਜਾਬ ਦਿੱਤਾ। ਪੰਜਾਬ ਦੇ ਵਿੱਚ ਤਾਂ ਤੁਸੀਂ 117 ਬੰਦੇ ਚੁਣੇ, ਉਹਨਾਂ ਵਿੱਚੋਂ ਇੱਕ ਮੈਂ ਵੀ ਹਾਂ, ਅਤੇ ਸਾਨੂੰ 117 ਜਣਿਆਂ ਨੂੰ ਗਿਣਤੀ ਕਿਉਂ ਨਹੀਂ ਆ? ਮੰਨਿਆ 117 ਦੇ ਵਿੱਚੋਂ 2-4 ਬੰਦੇ ਪਾਰਟੀ ਛੱਡ ਗਏ, ਉਹਨਾਂ ਤੋਂ ਬਾਕੀ ਜਿਹੜੇ ਵਿੱਚ ਨੇ ਅਸੀਂ ਪਬਲਿਕ ਦੇ ਸਵਾਲਾਂ ਦੇ ਉੱਤਰ ਦੇ ਰਹੇ ਹਾਂ, ਸਾਹਮਣਾ ਕਰ ਰਹੇ ਹਾਂ, ਅਤੇ ਅਸੀਂ ਬੜੇ ਪਰੇਸ਼ਾਨ ਹਾਂ। ਇਸ ਕਾਰਨ ਮੈਂ ਪਾਰਟੀ ਤੋਂ ਥੋੜ੍ਹਾ ਜਿਹਾ ਪਿੱਛੇ ਹਟ ਰਿਹਾ, ਅਤੇ ਨਾਲ ਅਸਤੀਫਾ ਜਿਹੜਾ ਦਿੱਤਾ ਉਹ ਇਹਨਾਂ ਕਾਰਨਾਂ ਕਰਕੇ ਦਿੱਤਾ। ਬਹੁਤ ਵਲੰਟੀਅਰ ਜਿਹੜੇ ਉਹ ਫੋਨ ਕਰਕੇ ਪੁੱਛਦੇ ਸੀ, ਯਾਰ ਕੀ ਕਾਰਨ ਹੈ, ਤੁਸੀਂ ਐਡਾ ਵੱਡਾ ਫੈਸਲਾ ਕਿਵੇਂ ਲੈ ਲਿਆ? ਇਹ ਵੱਡਾ ਫੈਸਲਾ ਜਿਹੜਾ ਇਸ ਲਈ ਲਿਆ ਵੀ ਕੱਦ ਵਾਲੇ ਚੰਗੇ ਚੰਗੇ ਬੰਦਿਆਂ ਨੂੰ ਜੇ ਧੱਕੇ ਵੱਜਦੇ ਨੇ ਤਾਂ ਅਸੀਂ ਤਾਂ ਗਰੀਬ ਲੋਕ ਹੈ, ਅਸੀਂ ਛੋਟੇ ਲੋਕ ਹੈ, ਅਤੇ ਅਸੀਂ ਇਹਨਾਂ ਸਾਹਮਣੇ ਕੀ ਚੀਜ਼ ਹੈ? ਸੋ ਇਸ ਲਈ ਚੰਗੀ ਗੱਲ ਨਹੀਂ ਹੈ। ਇੱਕ ਸ਼ਬਦ ਜਾਂਦਿਆਂ ਜਾਂਦਿਆਂ ਹੋਰ ਚੇਤੇ ਆ ਗਿਆ, ਗੁਰਪ੍ਰੀਤ ਘੁੱਗੀ ਜੀ, ਭਗਵੰਤ ਮਾਨ ਜੀ, ਕੁਮਾਰ ਵਿਸ਼ਵਾਸ ਜੀ, ਰਾਜਨੀਤੀ ਤੋਂ ਹਟ ਕੇ ਅਸੀਂ ਐਜ ਏ ਆਰਟਿਸਟ ਇੱਕ ਦੂਜੇ ਦੇ ਬਹੁਤ ਲੱਗੇ ਹਾਂ, ਕਿਉਂਕਿ ਮੇਰਾ ਢਾਡੀ ਜੱਥਾ, ਤੁਹਾਨੂੰ ਸਾਰਿਆਂ ਨੂੰ ਪਤਾ, ਸਟੇਜਾਂ 'ਤੇ ਮੈਂ ਵਿਚਰਦਾ, ਸਟੇਜਾਂ 'ਤੇ ਇਹ ਸਾਰੇ ਵਿਚਰਦੇ ਨੇ। ਜਦੋਂ ਕੋਈ ਕਲੇਸ਼ ਪੈਂਦਾ ਸੀ, ਚਾਹੇ ਉਹ ਕੁਮਾਰ ਵਿਸ਼ਵਾਸ ਦਾ ਹੋਵੇ, ਚਾਹੇ ਉਹ ਗੁਰਪ੍ਰੀਤ ਘੁੱਗੀ ਜੀ ਬਾਰੇ ਹੋਵੇ, ਚਾਹੇ ਉਹ ਭਗਵੰਤ ਮਾਨ ਜੀ ਬਾਰੇ ਹੋਵੇ, ਮੈਂ ਜਦੋਂ ਗੱਲ ਕੀਤੀ ਕਿ ਯਾਰ ਮੈਂ ਐਜ ਏ ਆਰਟਿਸਟ ਉਹਨਾਂ ਨਾਲ ਗੱਲ ਸਾਂਝੀ ਕਰ ਸਕਦਾ, ਮੇਰੀ ਉਹ ਸੁਣਨਗੇ, ਅਸੀਂ ਇੱਕ ਦੂਜੇ ਦੇ ਇਸ ਰਸਤੇ ਰਾਹੀਂ ਲੱਗੇ ਹਾਂ, ਤਾਂ ਮੈਨੂੰ ਇੱਕ ਅੱਗੋਂ ਜਵਾਬ ਮਿਲਦਾ, ਯਾਰ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਨਿਹੰਗ ਸਦਰ ਹੈ, ਉਹ ਤਾਂ ਤੁਹਾਡੇ ਗੱਲ ਹੀ ਨਹੀਂ ਸੁਣਦਾ, ਉਹ ਨਿਹੰਗਾਂ ਦੀ ਕਿੱਥੇ ਸੁਣਦਾ। ਪਰ ਇਸ ਢੰਗ ਨਾਲ ਸਾਨੂੰ ਦੂਰੀ ਬਣਾਉਣ ਵਿੱਚ ਹੀ ਰੋਜ਼ ਅੱਗਾਂ ਲਾਈਆਂ ਗਈਆਂ, ਲਾਗੇ ਕਰਨ ਦੀ ਗੱਲ ਕੋਈ ਨਹੀਂ ਹੋਈ। ਅਤੇ ਮੈਂ ਲੀਡਰਸ਼ਿਪ ਦੇ ਕੋਲੋਂ ਇੱਕ ਸਵਾਲ ਪੁੱਛਦਾ, ਵੋਟਾਂ ਤੋਂ ਬਾਅਦ ਵਿੱਚ 1.5 ਸਾਲ ਹੋ ਗਿਆ, ਕੋਈ ਇੱਕ ਵੀ ਪ੍ਰੋਗਰਾਮ ਤੁਸੀਂ ਦੱਸ ਦਿਓ ਕਿ ਵਲੰਟੀਅਰ ਨੂੰ ਕੋਈ ਜਾਨ ਪਾਉਣ ਵਾਸਤੇ ਤੁਸੀਂ ਪ੍ਰੋਗਰਾਮ ਦਿੱਤਾ ਹੋਵੇ, ਕੋਈ ਇੱਕ ਵੀ ਤੁਹਾਡਾ ਫੈਸਲਾ ਇੱਦਾਂ ਦਾ ਹੋਇਆ ਹੋਵੇ ਜਿਹਦੇ ਨਾਲ ਵਰਕਰ ਨੂੰ ਥੋੜ੍ਹਾ ਜਿਹਾ ਹਿੰਮਤ ਮਿਲੀ ਹੋਵੇ। ਤੁਸੀਂ ਤਾਂ ਰੋਜ਼ ਤੀਜੇ ਦਿਨ ਇਵੇਂ ਦਾ ਹਥੌੜਾ ਮਾਰ ਦਿਓ ਅਗਲੇ ਦੇ ਸਿਰ 'ਚ ਕਿ ਵਰਕਰ ਹੱਕਾ ਬੱਕਾ ਰਹਿ ਜਾਂਦਾ। ਪੰਜਾਬੀ ਜਿਹੜੇ ਨੇ ਉਹ ਇੱਕ ਵਾਰ ਜਿਹਨਾਂ ਜੱਫੀ ਪਾਉਂਦੇ ਨੇ ਦਿਲੋਂ ਪਾਉਂਦੇ ਨੇ, ਅਸੀਂ ਆਮ ਆਦਮੀ ਪਾਰਟੀ ਦੇ ਨਾਲ ਦਿਲੋਂ ਜੁੜੇ ਹਾਂ, ਪਰ ਜੋ ਹਾਲਾਤ ਹੋਏ ਆ ਧੱਕੇ ਮਾਰ ਕੇ ਕੱਢਣ ਦੇ, ਉੱਥੋਂ ਆਪਣੀ ਇੱਜ਼ਤ ਆਪਣੇ ਹੱਥ ਲੈ ਕੇ ਨਿਕਲ ਰਹੇ ਹਾਂ। ਇਸ ਲਈ ਜਿਨ੍ਹਾਂ ਭਰਾਵਾਂ ਨੇ, ਜਿਨ੍ਹਾਂ NRI ਵੀਰਾਂ ਨੇ, ਵੋਟਰ ਸਾਹਿਬਾਨਾਂ ਨੇ, ਵਲੰਟੀਅਰਾਂ ਨੇ ਸਾਥ ਦਿੱਤਾ, ਉਹਨਾਂ ਦੇ ਹਮੇਸ਼ਾ ਮੈਂ ਨਾਲ ਖੜ੍ਹਾਂ, ਹਮੇਸ਼ਾ ਉਹਨਾਂ ਦੀ ਸੇਵਾ 'ਚ ਰਵਾਂਗੇ, ਅਤੇ ਉਹਨਾਂ ਦੀ ਸਲਾਹ ਨਾਲ ਹੀ ਅੱਗੇ ਚੱਲੇ ਹਾਂ, ਉਹਨਾਂ ਦੀ ਸਲਾਹ ਨਾਲ ਹੀ ਹਮੇਸ਼ਾ ਅਗਾਂਹ ਤੁਰਾਂਗੇ। ਸੋ ਜਿਹੜੀਆਂ ਸੇਵਾਵਾਂ ਹੋਈਆਂ ਉਹ ਤੁਹਾਡਾ ਅਹਿਸਾਨ ਜਿਹੜਾ ਮੇਰੇ ਸਿਰ ਹੈ, ਉਹ ਕੁਛ ਵੀ ਨਹੀਂ ਹੋਈਆਂ, ਮੈਂ ਹੋਰ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਰਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਿਆਰਿਓ, ਜੇਕਰ ਅਜਿਹੀਆਂ ਤਾਨਾਸ਼ਾਹੀ ਨੀਤੀਆਂ ਕੇਜਰੀਵਾਲ ਅਪਣਾਉਂਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਿਸ ਦਿਨ ਇਸ ਝਾੜੂ ਦਾ ਸ਼ਾਇਦ ਵਜੂਦ ਹੀ ਮੁੱਕ ਜਾਵੇਗਾ। ਪਰ ਹਾਂ, ਜੇਕਰ ਪੰਜਾਬ ਨੂੰ ਮਾੜੇ ਦੌਰ ਦੇ ਵਿੱਚੋਂ ਬਾਹਰ ਕੱਢਣਾ ਹੈ, ਪੰਜਾਬ ਦੇ ਸੱਤਾ 'ਤੇ ਕਾਬਜ਼ ਹੋਈਆਂ ਰਵਾਇਤੀ ਪਾਰਟੀਆਂ ਨੂੰ ਪਿੱਛੇ ਕਰਨਾ ਹੈ ਤਾਂ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ, ਇਕਮੁੱਠ ਹੋ ਕੇ ਪੰਜਾਬ ਨੂੰ ਇੱਕ ਨਵੀਂ ਉਮੀਦ ਦੀ ਕਿਰਨ ਦੇਣੀ ਹੀ ਪੈਣੀ ਹੈ। ਉਹ ਕਿਸ ਤਰੀਕੇ ਨਾਲ ਦੇਣੀ ਪੈਣੀ ਹੈ, ਤੁਸੀਂ ਇਸ ਦੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।